ਚਾਕਲੇਟ ਫੈਕਟਰੀ ਇੱਥੋਂ ਯਾਰਾ ਗਲੈਨ ਜਿਹੜਾ ਟਾਊਨ ਹੈ ਉਹਦੇ ਤੋਂ 2-2.5 ਕਿਲੋਮੀਟਰ ਤੀ ਹੈ ਆ ਸਾਹਮਣੇ ਜਾਂ ਆਪਾਂ ਬਿਲਕੁਲ ਸਟ੍ਰੇਟ ਹੈ ਉਹ ਚਾਕਲੇਟ ਫੈਕਟਰੀ 'ਤੇ ਪਹੁੰਚ ਜਾਣਾ ਆਪਾਂ ਅਤੇ ਇੱਥੋਂ ਬੜਾ ਵਧੀਆ ਵਿਊ ਹੈ ਕੈਮਰੇ ਦੇ ਵਿੱਚ ਇੰਨਾ ਨਹੀਂ ਜ਼ਿਆਦਾ ਵਧੀਆ ਲੱਗਦਾ ਬਟ ਜੇ ਆਪਾਂ ਵੇਖੀਏ ਤਾਂ ਇਹ ਬਹੁਤ ਸੋਹਣੀ ਜਗ੍ਹਾ ਹੈ ਇੱਥੋਂ ਸੀਨਰੀਆਂ ਬਹੁਤ ਵਧੀਆ ਬਣਦੀਆਂ ਨੇ ਸਟ੍ਰੇਟ ਸਿੱਧਾ ਰੋਡ ਆ ਇੱਥੋਂ ਆਪਾਂ ਹਿਲਸ ਵੀਲ ਇੱਕ ਇੱਥੇ ਜਗ੍ਹਾ ਹਿਲਸ ਵੀਲ ਵੀ ਹੈ ਅਰਾਊਂਡ ਮੈਨੂੰ ਲੱਗਦਾ ਕਿ 20 ਕਿਲੋਮੀਟਰ ਇੱਥੋਂ ਹੋਣਾ ਹਿਲਸ ਵੀਲ ਉਹ ਵੀ ਵੇਖਣ ਵਾਲੀ ਹੈ ਉੱਥੇ ਡੈਮ ਹੈ ਇੱਕ ਬੜਾ ਵਧੀਆ ਡੈਮ ਹੈ ਵਾਈਨਰੀਸ 'ਤੇ ਕਦੀ ਆਵਾਂਗੇ ਵਾਈਨਰੀਸ 'ਤੇ ਜਦੋਂ ਆਏ ਕਦੀ ਵਾਈਨਰੀਸ ਦਾ ਉਦੋਂ ਦਿਖਾਵਾਂਗੇ ਬਟ ਇਹ ਹੈਗੀ ਕਿ ਆਪਾਂ ਹੁਣ ਜਾ ਰਹੇ ਚੋਕਲੇਟ ਫੈਕਟਰੀ ਅਤੇ ਵਾਈਨਰੀਸ ਦਾ ਵੀ ਕਦੀ ਟੂਰ ਜੇ ਆਪਾਂ ਕਦੀ ਕੱਢਿਆ ਤਾਂ ਵਾਈਨਰੀਸ 'ਤੇ ਕਦੀ ਵੀਡੀਓ ਬਣਾਈ ਤਾਂ ਬਣਾਵਾਂਗੇ ਚਲੋ ਆ ਗਏ ਜੀ ਆਪਾਂ ਯਾਰਾ ਵੈਲੀ ਚੋਕਲੇਟ ਟੇਰੀ ਐਂਡ ਆਈਸ ਕ੍ਰੀਮ ਜੀ ਕਿਵੇਂ ਫੁੱਲਿਆ ਜਗ੍ਹਾ ਅਤੇ ਆਹ ਜਿਹੜੇ ਦਰਖਤ ਹੈ ਕਿਆ ਬਾਤਾਂ ਐਂ ਪੂਰੇ ਸਪਰਿੰਗ ਦਾ ਮੌਸਮ ਹੈ ਅਤੇ ਐਂ ਪੂਰੇ ਫੁੱਲ ਲੱਗੇ ਨਾ ਕੁਦਰਤ ਦੇਖੋ ਐਨ ਪੂਰੀ ਪੂਰੀ ਜੋਗਣ ਅਤੇ ਕੁਦਰਤ ਇੱਧਰ ਲਾ ਦਈਏ ਕਿੱਧਰ ਲੱਭੀ ਹੈ ਪਾਰਕਿੰਗ ਕਿਤੇ ਮੀਂਹ ਵੀ ਪਿਆ ਕਿਤੇ ਹੋਰ ਕਾਰ ਨਾ ਫਸਾ ਬੈਠੀ ਹੈ ਕਿਤੇ ਕੱਚੇ 'ਚ ਕਾਰਾਂ ਹੀ ਕਾਰਾਂ ਨੇ ਉਹ ਯਾਰ ਆਹ ਦਰਖਤ ਵੇ ਵਾਹ ਵੀ ਵਾਹ ਪੂਰੇ ਵਾਹ ਜੀ ਵਾਹ ਐਨ ਦੇ ਹੈ ਪੂਰੇ ਸਾਰੇ ਸਾਰਿਆਂ ਦੇ ਕਿੰਨੇ ਸੋਹਣੇ ਜਾਣੇ ਵਾਹ ਲੱਗਦਾ ਆਪਾਂ ਨੂੰ ਵਾਪਸ ਆਉਣਾ ਪੈਣਾ ਇੱਥੇ ਜਗ੍ਹਾ ਨਹੀਂ ਮਿਲਣੀ ਪਰ ਆਹ ਜਿਹੜੇ ਵਾਹ ਜੀ ਵਾਹ ਪੂਰੇ ਫੁੱਲ ਲੱਗੇ ਇਹਨਾਂ ਨੂੰ ਵਾਹ ਉਹਦਾ ਸਹਿਮ ਹੋਣੀ ਕਿਆ ਬਾਤਾਂ ਯਾਰ ਪਾਰਕਿੰਗ ਲੱਭ ਗਈ ਆ ਪਰ ਆਹ ਜਿਹੜੇ ਦਰਖਤਾਂ ਦੇ ਫੁੱਲ ਲੱਗੇ ਆ ਨਾ ਤਾਂ ਕਮਾਲ ਹੀ ਆ ਬਈ ਕੁਦਰਤ ਦੇ ਨਜ਼ਾਰੇ ਆਹ ਇੱਥੇ ਕਈ ਵਾਰ ਆਇਆ ਪਹਿਲਾਂ ਮੈਂ ਅੱਜ ਜਿੰਨੀ ਭੀੜ ਨਹੀਂ ਇੱਥੇ ਕਦੀ ਵੇਖੀ ਇੱਥੇ ਆਈਸਕ੍ਰੀਮ ਮਿਲਦੀ ਆਈਸਕ੍ਰੀਮ ਦੀ ਡੱਡੂਆਂ ਦੀਆਂ ਆਵਾਜ਼ਾਂ ਹੁੰਦੀਆਂ ਪਈਆਂ ਪਾਣੀ ਇਹ ਛੱਪੜ ਛੋਟਾ ਜਿਹਾ ਲੋਕ ਹਲੇ ਵੀ ਬਹੁਤ ਜ਼ਿਆਦਾ ਆ ਰਹੇ ਨੇ ਆਈ ਜਾ ਰਹੇ ਨੇ ਆਈ ਜਾ ਰਹੇ ਨੇ ਜਾ ਹਲੇ ਘੱਟ ਰਹੇ ਨੇ ਬੱਚਿਆਂ ਦਾ ਅਟਰੈਕਸ਼ਨ ਹੈਗਾ ਇੱਥੇ ਇੱਕ ਤਾਂ ਚੋਕਲੇਟ ਮਿਲਦੀ ਆ ਫ੍ਰੀ 'ਚ ਥੋੜ੍ਹੀ ਥੋੜ੍ਹੀ ਦੀ ਦੇ ਜਾਂਦੇ ਆ ਅਤੇ ਇੱਕ ਹੈਗਾ ਆ ਆਈਸਕ੍ਰੀਮ ਆਈਸਕ੍ਰੀਮ ਬੜੀ ਵਧੀਆ ਮਿਲਦੀ ਹੈ ਆਈਸਕ੍ਰੀਮ ਦੀ ਲਾਈਨ ਮਤਲਬ ਇੱਕ ਘੰਟਾ ਵੇਟ ਕਰਨੀ ਪੈਣੀ ਜਿੰਨੀ ਲਾਈਨ ਅੱਜ ਲੱਗੀ ਇਹ ਹੈ ਜੀ ਚੋਕਲੇਟ ਫੈਕਟਰੀ ਬਾਹਰੋਂ ਇਹਨੂੰ ਕਹਿੰਦੇ ਚੋਕਲੇਟ ਫੈਕਟਰੀ ਬੜੀ ਦੁਨੀਆ ਹੀ ਆ ਵੇਖ ਕਿਵੇਂ ਖਾਂਦੇ ਪਏ ਸਾਰੇ ਬੱਚੇ ਆਲਰੇਡੀ ਅੰਦਰ ਨੇ ਬਾਹਰ ਕੱਢ ਕੇ ਲਿਆਉਣਾ ਗਰਮੀ ਗੁਰਮੀ ਬੜੀ ਜਾਂਦਾ ਆਹ ਫ੍ਰੀ 'ਚ ਦੇ ਰਹੀ ਆ ਬੇਬੇ ਜੋ ਆਪਾਂ ਨੂੰ ਬੰਤਾ ਪਾਰਟੀ ਕਿੱਧਰ ਆ ਉਹ ਬਣਾਉਂਦੇ ਪਏ ਆ ਆਹ ਬਣੀ ਪਈ ਚੋਕਲੇਟ ਬੈਲਟ ਵੀ ਚੱਲਦੀ ਹੁੰਦੀ ਇੱਥੇ ਇਹ ਤਾਂ ਛੋਟੇ ਛੋਟੇ ਜਿਹੇ ਬਣਾਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਚੋਕਲੇਟ ਬਣਾਈਆਂ ਜਿਹੜੀਆਂ ਆਪਣੇ ਮਠਿਆਈ ਹੁੰਦੀਆਂ ਨਾਮ ਹੁੰਦਾ ਚੋਕਲੇਟ ਦੇ ਸਾਰਿਆਂ ਦੇ ਅੱਡ ਅੱਡ ਡਿਜ਼ਾਈਨ ਆ ਲੱਡੂ ਟਰਕਿਸ਼ ਡਿਲਾਈਟ ਦਾ ਆਪਣੇ ਜਿਵੇਂ ਬਰਫੀ ਹੁੰਦੀ ਹੈਗੀ ਸਾਰੀਆਂ ਚੋਕਲੇਟ ਹੀ ਨੇ ਹੈਗੀ ਸਾਰੀ ਚੋਕਲੇਟ ਹੀ ਇਹ ਬਸ ਵੇਚਣ ਦਾ ਤਰੀਕਾ ਜਿਵੇਂ ਦੀ ਆਪਣੇ ਬਰਫੀ ਗੁਲਾਬ ਜਾਮੁਨ ਹੁੰਦੇ ਨੇ
गच्चक चॉकलेट वाली गच्चक जगह बड़ी सोहनी बनी बहन ली तो सारा गोरिया कुत्ते से मस्ती करते हुए कहानी मिले लड़न लिखी बच्चों लाया आइसक्रीम की लाइन के मैं तो मान साहब थोड़ा जा असं फिर हूँ टहल लीए है कि सैर कर लीए एक्सप्लोर कर लीए एरिया हाँ लाइन ही बड़ी लंबी यार बच्चों लालच आइसक्रीम का संधु साहब बैठे पहले ही आराम कर दे फिर बैठे हाँ जी मान साहब कि खा रहे हो हाँ जी हाँ जी चीमा साहब ये मेरे ख्याल पीच एंड मैंगो है पीच एंड मैंगो हाँ जी कि ए वाली पीच एंड मैंगो ले लो ब्लूबेरी वाह जी वाह वाह ये पिछले घंटा लाइन च लगना है सारे बन रहे संधु साहब नहीं खा रहे आइसक्रीम कर लो एलो तुम भी कर लो एलो नेड़े चलीए बच्चे कर रहे ने खेड़े ओए जिब्बा कढ़ दां तैनू फड़ जा तैनू औखा दे कद लई औखा होया फिरदा मेरे नाल यारा वैली इन्नी भीड़ कदी नहीं वेखी जिनी अज है सारे अपने माइग्रेंट्स ने इत्थे ज़्यादातर माइग्रेंट्स कहने का मतलब कि जड़े अपने की इंडियन या चाइनीज ने लोकल बंदे घट ही ने इत्थे हाईवे जांदा इत्थे नींबू के दरख्त लाए इन्हें वाह वाह लाए ने बाग ए तीन कु साल हो गए ना इन्हों लगे अरे नींबू वाले ने हौली ओए हौली जीबा वही कढ़ दा चॉकलेट फैक्ट्री हुण तां भीड़ बहुत घट गई काफ़ी टाइम वाह हो गया 4:30 हो गए 5 बजे तो बंद ही हो जाती है लोग चले गए या घर मेलबर्न वाले के लिए तो मस्त सी जगह है ये काफ़ी बच्चों घूमन फिरन के लिए भी आ सकते हो कोई भी यार बहुत वधिया वाइनरीज ने ब्यूटी है इधर वधिया पानी ना छप्पड़ जा छेड़ देंगे कुदरत नूं ना कुदरत नाल छेड़छाड़ नहीं करदे जिहड़ा पानी जिवें जिथे आउंदा है उवें ही खड़िया ये नहीं अपने वांगू कि भी उत्थे भरत पा के इत्थों उधर उच्चा कर दो उधरों आ कर दो जानवर बोल रहे ने विच पानी दे मीमू वाह पे ओ मरगाबी भी है अपने तो जानवरों इहो जिहे बेचारे नूं भी मार के खा जांदे ने मरगाबियां मरगूबियां सेंसिटिव वेटलैंड हैबिटेट नो स्विमिंग नो वेडिंग नो फिशिंग फिशिंग लिए पानी इन्ना किन्ना गया हाँ इधर मीह ज़्यादा पीता अपने पहाड़ी जे एरिया ना काफ़ी इधर ठंड भी ज़्यादा होंगी है मेलबर्न के नाल ज़्यादा तो नहीं कहना मतलब कि 1-2 डिग्री का फर्क होंगे ही है 2 डिग्री का ला लो जो सर्दी है तो इतने 1-2 डिग्री का है ही है ज़्यादा ਇਹ ਕੀ ਆ ਬਈ ਕਹਿੰਦੇ ਵਿਜ਼ਟਰਸ ਡੂ ਨੋਟ ਫੀਡ ਔਰ ਟੱਚ ਅਵਰ ਫਾਰਮ ਐਨੀਮਲਸ ਡੂ ਨੋਟ ਐਂਟਰ ਲੈ ਵੀ ਪ੍ਰਾਈਵੇਟ ਲੈਂਡ ਆ ਇਹ ਤੇ ਕੀ ਨੇ ਇਹ ਭੇਡਾਂ ਕਿ ਲਾਮਾ ਕਹਿੰਦੇ ਇਹਨਾਂ ਨੂੰ ਲਾਮਾ ਇਮੂ
ਇਮੂ ਦਾ ਇਮੂ ਦਾ ਕੁਛ ਹੋਰ ਹੁੰਦਾ ਲਾਮਾ ਉਹ ਭੇਡਾਂ ਬੈਠੀਆਂ ਇਹ ਆਸਟ੍ਰੇਲੀਅਨ ਭੇਡਾਂ ਉਹ ਗਾਂ ਖੜ੍ਹੀ ਹੈ ਛੋਟਾ ਜਿਹਾ ਕਿਸੇ ਦਾ ਆਪਣੀ ਪ੍ਰਾਈਵੇਟ ਪ੍ਰੋਪਰਟੀ ਹੈ ਉਹ ਇਹ ਗਾਲੀ ਕਰਨ ਦੀ ਇੱਥੇ ਇੱਕ ਵਾਰ ਪਹਿਲਾਂ ਆਪਾਂ ਬੱਕਰੀਆਂ ਵੇਖੀਆਂ ਬੱਕਰੀਆਂ ਵੀ ਰੱਖੀਆਂ ਸੀ ਇਹਨੇ ਚੋਕਲੇਟਰੀ ਐਂਡ ਆਈਸਕ੍ਰੀਮ ਆਈਸਕ੍ਰੀਮਰੀ ਇੱਧਰਲੇ ਪਾਸੇ ਬੋਰਡ ਹੈ ਉਹ ਪਰਲੇ ਪਾਸੇ ਵੀ ਹੈਗਾ ਦੋ ਬੋਰਡ ਯਾਰਾ ਗਲੈਨ ਐਲਥਮ ਓਲਡ ਹਿਲਸਵਿਲ ਰੋਡ ਆ ਜਿਹੜਾ ਇੱਧਰ ਆਪਾਂ ਜੇ ਚਲੇ ਜਾਈਏ ਨਾ ਸਿੱਧਾ ਹਿਲਸਵਿਲ ਚਲੇ ਜਾਵਾਂਗੇ ਆਪਾਂ ਮੈਲਬਨ ਦੀ ਥਰੋਸ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਜਿਹਾ ਹੋਣ ਲੱਗ ਗਿਆ ਨਾ ਹਨੇਰਾ ਤਾਂ ਨਹੀਂ ਬੱਦਲਾਂ ਜੇ ਕਰਕੇ ਥੋੜ੍ਹਾ ਜਿਹਾ ਹੋ ਗਿਆ ਪਹਾੜ ਕੋਈ ਜ਼ਿਆਦਾ ਇੱਥੇ ਉੱਚੇ ਨਹੀਂ ਹੈਗੇ ਛੋਟੇ ਹੀ ਨੇ ਮੈਲਬਨ ਦੇ ਆਲ ਓਵਰ ਆਸਟ੍ਰੇਲੀਆ 'ਚ ਕੋਈ ਬਾਹਲੇ ਵੱਡੇ ਪਹਾੜ ਨਹੀਂ ਹੈਗੇ ਪਰ ਬਰਫ਼ ਪੈਂਦੀ ਹੈ ਇੱਥੇ ਜਿਵੇਂ ਦੀ ਇੱਕ ਦੋ ਜਗ੍ਹਾ ਹੈਗੀਆਂ ਨੇ ਇਹਨਾਂ ਦੇ ਪਰ ਜਿਹੜੇ ਆ ਸਾਹਮਣੇ ਦਿਸ ਰਹੇ ਨੇ ਇਹਨਾਂ 'ਤੇ ਨਹੀਂ ਪੈਂਦੀ ਬਰਫ਼ ਲੋਕ ਘਰਾਂ ਨੂੰ ਵਾਪਸ ਜਾਂਦੇ ਹੋਏ ਆਪਾਂ ਵੀ ਵਾਪਸੀ ਕਰਦੇ ਹਾਂ ਜਲਦੀ ਮਾਨ ਸਾਹਿਬ ਨੂੰ ਮਿਲਦੀ ਹੈ ਅਤੇ ਚੱਲੀਏ ਫਿਰ ਆਪਾਂ ਨੂੰ ਹਾਂਜੀ 5 ਵੱਜ ਗਏ ਆ ਤੇ ਸਾਰੇ ਜਾ ਰਹੇ ਨੇ ਘਰਾਂ ਨੂੰ ਤੇ ਆਪਾਂ ਵੀ ਚੱਲੇ ਆ ਤੇ ਮਾਨ ਸਾਹਿਬ ਚੱਲਦੇ ਆ ਜੀ ਮਿਲਦੇ ਆ ਜੀ ਫਿਰ ਚੰਗਾ ਵੀਰ ਜੀ ਚੰਗਾ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਟਾਈਮ ਕੱਢਣ ਲਈ ਚਲੋ ਆਪਾਂ ਵੀ ਤੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ